ਹਾਂਜੀ ਸੱਜਣੋ, ਆਪਾਂ ਅੱਜ ਮਾਰਦੇ ਹਾਂ ਰਿਵਿਊਆਂ ਤੇ ਝਾਤੀ। ਜਿਹੜੇ ਪਬਲਿਕ ਆਰਗੈਨਿਕ ਰਿਵਿਊ ਨੇ, ਜਿਨ੍ਹਾਂ ਨੂੰ ਆਪਾਂ ਡਿਲੀਵਰ ਕਰਿਆ, ਉਹਨਾਂ ਨੇ ਰਿਵਿਊ ਦਿੱਤੇ ਆ, ਠੀਕ ਹੈ। ਸੋ ਜਿਹੜੀ ਪਹਿਲੀ ਵਾਰ ਵੀਡੀਓ ਦੇਖ ਰਹੇ, ਆਪਾਂ ਪਰਫਿਊਮ ਬਿਜ਼ਨਸ ਸਟਾਰਟ ਕਰਿਆ। ਸਮਾਲ ਸਵਾਨ ਸਰ ਆਪਣਾ ਨਾਮ ਆ, ਪਿੱਛੇ ਆਪਣਾ ਨੰਬਰ ਹੈ, ਤੇ ਆਹ ਆਪਣੇ ਪਰਫਿਊਮ ਨੇ। ਤੁਹਾਨੂੰ ਆਪਾਂ ਇਹਨਾਂ ਦੇ ਰਿਵਿਊ ਦੱਸਦੇ ਹਾਂ, ਹਨਾ, ਪੜ੍ਹ ਪੜ੍ਹ ਕੇ ਤੁਹਾਨੂੰ ਸੁਣਾਉਣਾ ਮੈਂ, ਤੇ ਆਪਾਂ ਨੂੰ ਕਿੰਨੇ ਪੋਜ਼ਿਟਿਵ ਰਿਵਿਊ ਹੈ। ਪਹਿਲਾਂ ਆਪਾਂ ਲਗਜ਼ਰੀ ਟੱਚ ਪਰਫਿਊਮ ਇੱਕ ਜਾਇਜ਼ ਰੇਟ ਤੇ ਲੋਕਾਂ ਨੂੰ ਵੇਚਦੇ ਹਾਂ। ਸੋ ਥੈਂਕ ਯੂ, ਆਪਾਂ ਬਾਲਾ ਟਾਈਮ ਨਹੀਂ ਵੇਸਟ ਕਰਦੇ, ਚੱਲਦੇ ਹਾਂ ਪਹਿਲੇ ਰਿਵਿਊ ਵੱਲ ਚੱਲਦੇ ਹਾਂ। ਕਿਰਨ ਭੈਣ ਨੇ ਦਿੱਤਾ ਨਾਈਟ ਕਿੰਗ ਦਾ, ਠੀਕ ਹੈ, ਆਹ ਤੁਹਾਨੂੰ ਦਿਖਾ ਦਿੰਦੇ। ਸੋ ਓਨੈਸਟਲੀ ਦਿਸ ਸਮੈਲ ਸੋ ਅਮੇਜ਼ਿੰਗ, ਆਈ ਡੋਂਟ ਨੋ ਹਾਊ ਟੂ ਡਿਸਕ੍ਰਾਈਬ। ਕਹਿੰਦੀ ਮੈਨੂੰ ਪਤਾ ਹੀ ਨਹੀਂ ਵੀ ਮੈਂ ਡਿਸਕ੍ਰਾਈਬ ਕਰਾਂ ਕਿਵੇਂ ਕਰਾਂ। ਕਹਿੰਦਾ ਜਿਵੇਂ ਮੈਨੂੰ ਸਟਰੋਂਗ ਪਰਫਿਊਮ ਪਸੰਦ ਨੇ, ਇਹ ਉਵੇਂ ਦਾ ਹੀ ਹੈ, ਤੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ, ਸੱਚ ਲਗਜ਼ਰੀ ਫਰੈਗਨੈਂਸ, ਠੀਕ ਹੈ। ਬਾਲਾ ਨਹੀਂ ਆਪਾਂ ਪੜ੍ਹਦੇ, ਅੱਗੇ ਚੱਲਦੇ ਹਾਂ। ਫਿਰ ਅੱਗੇ ਆਪਣਾ ਆ ਜਾਂਦਾ ਗਾ ਬਾਈ ਜੀ, ਆਹ ਮਨਦੀਪ ਬਾਈ ਨੇ ਦਿੱਤਾ, ਕਹਿੰਦਾ ਬਾਈ ਰਿਸੀਵ ਹੋ ਗਿਆ, ਕਹਿੰਦਾ ਘੈਂਟ ਕਸਟਮਰ ਸਰਵਿਸ, ਘੈਂਟ ਕਮਿਊਨੀਕੇਸ਼ਨ, ਹਨਾ, ਤੇ ਕਹਿੰਦਾ ਵੀ ਬੈਸਟ ਕੁਆਲਿਟੀ ਬਾਈ ਨੇ ਰਿਵਿਊ ਦਿੱਤਾ। ਅੱਗੇ ਚੱਲਦੇ ਆਪਾਂ, ਜੱਸੀ ਬਾਈ ਕਹਿੰਦਾ ਵੀ ਬਾਈ ਜੀ ਬਹੁਤ ਵਧੀਆ ਫਰੈਗਨੈਂਸ ਹੈ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ, ਠੀਕ ਹੈ। ਇਹ ਮੈਂ ਇੱਧਰ ਪੜ੍ਹੀ ਹੈ ਨਾ, ਤੇ ਉਦੋਂ ਬਾਅਦ ਚੋਂ ਆਰਡਰ ਨੰਬਰ 11 ਦਾ, ਕਈਆਂ ਦਾ ਮੈਨੂੰ ਨਾਮ ਨਹੀਂ ਪਤਾ ਹੁੰਦਾ, ਫਿਰ ਮੈਂ ਆਰਡਰ ਲਿਖ ਲੈਂਦਾ, ਹਨਾ। ਕਹਿੰਦੇ ਰਿਸੀਵ ਹੋ ਗਿਆ ਜੀ, ਬਹੁਤ ਵਧੀਆ, ਠੀਕ ਹੈ ਜੀ। ਫਿਰ ਇੱਕ ਆਪਣੇ ਗੈਰੋ ਬਾਈ ਇੱਥੋਂ ਲੈ ਗਿਆ ਸੀ, ਉਹ ਕਹਿੰਦਾ ਬਈ ਮੈਂ ਅੱਜ ਯੂਜ਼ ਕਰਿਆ, ਤੇ ਪਰ ਜਿੰਨਾ ਮੈਨੂੰ ਐਕਸਪੈਕਟੇਸ਼ਨ ਨਹੀਂ ਸੀ, ਉਸ ਤੋਂ ਵਧੀਆ ਹੀ ਹੈ ਇਹ, ਉਸ ਤੋਂ ਜ਼ਿਆਦਾ ਵਧੀਆ ਐਕਸਪੈਕਟੇਸ਼ਨ ਤੋਂ, ਠੀਕ ਹੈ। ਆਰਡਰ 10 ਤੋਂ ਆਪਾਂ ਕਹਿੰਦੇ ਘੈਂਟ ਬਾਈ, ਗੁੱਡ ਜੋਬ, ਬੈਸਟ ਵਿਸ਼ਿਸ, ਕਾਫੀ ਸਟਰੋਂਗ ਨੇ, ਬੋਥ ਰੀਅਲੀ ਨਾਈਸ ਫਰੈਗਰੈਂਸ, ਠੀਕ ਹੈ। ਉਦੋਂ ਬਾਅਦ ਚੋਂ ਆਪਾਂ ਚੱਲਦੇ ਹਾਂ ਅਮਰ ਬਾਈ ਤੇ। ਅਮਰ ਬਾਈ ਕਹਿੰਦਾ ਬਾਈ ਸੋਰੀ ਲੇਟ ਰਿਵਿਊ ਹੋ ਗਿਆ, ਹਨਾ, ਪਰ ਬਹੁਤ ਘੈਂਟ ਹੈ ਬੀਅਰ, ਬਹੁਤ ਹਨਾ, ਤੇ ਮੈਜਿਕ ਬਲੂ ਵੀ ਬਹੁਤ ਸਰਾਈ ਹੈ, ਕਹਿੰਦਾ। ਉਦੋਂ ਬਾਅਦ ਚ ਰੂਪ ਬਾਈ ਨੇ ਕਹਿੰਦਾ ਹਾਂਜੀ ਬਾਈ ਜੀ, ਥੈਂਕ ਯੂ, ਤੇ ਬਹੁਤ ਵਧੀਆ ਨੇ। ਕਈ ਬੰਦੇ ਥੋੜ੍ਹਾ ਘੱਟ ਲਿਖਦੇ ਨੇ, ਕਈ ਬੰਦੇ ਪੂਰਾ ਖੁੱਲ੍ਹ ਕੇ ਡਿਸਕ੍ਰਾਈਬ ਕਰਦੇ, ਵੀਰ ਥੈਂਕ ਯੂ, ਆਈ ਰਿਸੀਵ ਦ ਪੈਕੇਜ, ਬਹੁਤ ਘੈਂਟ ਸਮੈਲ ਹੈ, ਜਲਦੀ ਫਿਰ ਆਰਡਰ ਕਰੂੰਗਾ, ਕਹਿੰਦਾ ਪ੍ਰੋਬੇਬਲੀ ਵਿਦ ਇਨ ਨੈਕਸਟ ਵੀਕ। ਚਲੋ ਬਾਈ, ਜਦੋਂ ਮਰਜ਼ੀ ਕਰ ਲਿਓ, ਕੋਈ ਚੱਕਰ ਨਹੀਂ। ਆਪਾਂ ਵੀ ਉਦੋਂ ਬਾਅਦ 'ਚ ਉਹਨਾਂ ਨੂੰ ਦਿਲ ਭੇਜਿਆ, ਹੱਥ ਭੇਜਿਆ, ਧੰਨਵਾਦ ਭੇਜਿਆ, ਠੀਕ ਹੈ। ਫਿਰ ਆਹ ਸਾਡੇ ਪਿੰਡ ਦਾ ਸ਼ੋਰ ਹੈ, ਇਹਨੇ ਵੀ ਕਹਿੰਦਾ ਯਾਰ ਬਹੁਤ ਵਧੀਆ ਸੈਂਟ ਨੇ, ਤੇ ਨਾਲ ਦਿਆਂ ਨੇ ਵੀ ਜਮਾਂ ਕਿਹਾ ਵੀ ਜਮਾਂ ਘੈਂਟ ਹੈ, ਗੱਲਬਾਤ ਪੂਰੀ ਹੈ, ਕੀਪ ਇਟ ਅਪ ਭਰਾ, ਵਾਹਿਗੁਰੂ ਤਰੱਕੀਆਂ ਬਖਸ਼ੇ, ਥੈਂਕ ਯੂ ਮਣੀ। ਉਦੋਂ ਬਾਅਦ ਚੋਂ ਆਪਣਾ ਫਿਰ ਅੱਗੇ ਆ ਗਏ ਨੇ, ਸਮੈਲ ਬਹੁਤ ਘੈਂਟ ਹੈ ਬਾਈ, ਲੌਂਗ ਲਾਸਟ ਵੀ ਹੈ, ਇਟ ਰੀਅਲੀ ਗੁੱਡ, 5 out of 5 ਕਹਿੰਦਾ, ਠੀਕ ਹੈ ਜੀ ਰੂਪ ਬਾਈ। ਤੇ ਫਿਰ ਆ ਜਾਂਦੇ ਆਪਾਂ, ਭੈਣ ਨੇ ਆਰਡਰ ਦਿੱਤਾ ਗੋਟ ਇਟ, ਰੀਅਲੀ ਨਾਈਸ, ਕੀਪ ਇਟ ਅਪ। ਫਿਰ ਆ ਜਾਂਦੇ ਜੀ ਆਪਾਂ, ਮਿਲ ਗਿਆ ਸੀ ਬਾਈ, ਬਹੁਤ ਵਧੀਆ ਨੇ, ਪੂਰੇ ਘੈਂਟ ਆ ਕੰਮ, ਪਰ 100 ml ਕਹਿੰਦਾ ਸ਼ੁਰੂ ਕਰੋ, ਹਨਾ, ਆਪਣੇ ਕੋਲ 50 ml ਹਾਲੇ ਤੱਕ, 100 ml ਵੀ ਸ਼ੁਰੂਆਤ ਕਰਾਂਗੇ ਭਾਈ ਜੀ, ਉਹ ਦੇਖਾਂਗੇ ਆਪਾਂ। ਇਹਨਾਂ ਨੂੰ ਆਪਾਂ ਕਿੰਗ ਦਾ ਅੰਗੂਠਾ ਭੇਜਿਆ, ਨਾਲ ਦਿਲ ਭੇਜਿਆ, ਨਾਲੇ ਹੱਥ ਭੇਜਿਆ, ਥੈਂਕ ਯੂ ਜੀ। ਫਿਰ ਆਹ ਬਾਈ ਹੈਰੀ ਬਾਈ ਕਹਿੰਦਾ ਗਾ ਬਰੋ ਸਮੈਲ ਸੋ ਗੁੱਡ, ਆਈ ਰੀਅਲੀ ਲਾਈਕ ਯੂਅਰ ਪਰਫਿਊਮ, 5 star ਦਿੱਤੇ ਨੇ। ਫਿਰ ਆਈ ਹਾਈਲੀ ਰਿਕਮੈਂਡ ਟੂ ਐਵਰੀਵਨ ਟੂ ਮਸਟ ਟਰਾਈ ਦਿਸ, ਦੈਨ ਯੂ ਕੈਨ ਯੂ ਨੋ ਅਬਾਊਟ ਇਟ, ਓਕੇ, ਕੀਪ ਇਟ ਅਪ ਬਰੋ, ਵੈਲ ਯੂ, ਵੀ ਆਰ ਆਲ ਵਿਦ ਯੂ, ਥੈਂਕ ਯੂ ਬਾਈ ਜੀ ਤੁਹਾਡੀ ਸਪੋਰਟ ਲਈ। ਫਿਰ ਆਪਾਂ ਨੂੰ ਕਿਹਾ ਬਹੁਤ ਪਿਆਰ ਬਾਈ, ਦਿਲ ਭੇਜਿਆ, ਕਿੰਗ ਵਾਲਾ ਭੇਜਿਆ, ਧੰਨਵਾਦ ਕਰਿਆ ਇਹਨਾਂ ਦਾ ਆਪਾਂ। ਫਿਰ ਆਪਾਂ ਅੱਗੇ ਪਹੁੰਚਦੇ ਹਾਂ, ਮਿਲ ਗਿਆ ਵੀਰੇ, ਵੀਰੇ ਸਾਰੇ ਪਰਫਿਊਮ ਬਹੁਤ ਘੈਂਟ, ਇਹਨਾਂ ਨੇ ਥੋੜ੍ਹਾ ਵੱਡਾ ਆਰਡਰ ਕਰਿਆ ਸੀਗਾ, ਸੋ ਆਪਾਂ ਇਹਨਾਂ ਨੂੰ ਵੀ ਦਿਲ ਭੇਜਿਆ, ਹੱਥ ਭੇਜਿਆ, ਅਤੇ ਕਿੰਗ ਵਾਲਾ ਉਹ ਭੇਜਿਆ, ਮੁਕਟ ਅਤੇ ਧੰਨਵਾਦ ਭੇਜਿਆ। ਸੋ ਅੱਧੇ ਰਿਵਿਊ ਆਪਾਂ ਅੱਜ ਕਰ ਲੈਂਦੇ ਹਾਂ, ਫਿਰ ਅੱਧੇ ਆਪਾਂ ਬਾਅਦ ਚੋਂ ਕਰ ਲਾਂਗੇ। ਇੱਕ ਹੋਰ ਤੁਹਾਨੂੰ ਇੱਕ ਦੱਸ ਦੇਣਾ, ਮੇਰਾ ਬਹੁਤ ਘੈਂਟ ਦਿਲ ਦੇ ਕਰੀਬ ਹੈ, ਆ ਗਿਆ ਬਾਈ ਪਾਰਸਲ, ਖੋਲਣ ਸਾਰ ਹੀ ਕਹਿੰਦਾ ਟਰੱਕ 'ਚ ਮਹਿਕਾਂ ਮਹਿਕਾਂ ਕਰਤੀਆਂ, ਗੁੱਡ ਆ ਬਾਈ, ਬਾਕੀ ਹਾਲੇ ਵਰਤ ਕੇ ਦੱਸੂੰਗਾ। ਇਹ ਟਰੱਕ ਵਾਲੇ ਵੀਰ ਭਰਾ ਨੇ ਆਪਾਂ ਨੂੰ ਮੰਗਾਇਆ ਸੀ, ਹਨਾ, ਅਤੇ ਕਹਿੰਦਾ ਵੀ ਮੈਂ ਲੌਂਗ 'ਤੇ ਜਾਣਾ ਹੁੰਦਾ, ਮੈਨੂੰ ਸਟਰੋਂਗ ਭੇਜ। ਮੈਂ ਕਿਹਾ ਵੀ ਟੈਂਸ਼ਨ ਨਾ ਲੈ, ਤੈਨੂੰ ਪੂਰਾ ਸਟਰੋਂਗ ਚੀਜ਼ ਭੇਜਾਂਗੇ, ਤੂੰ ਯਾਰ ਰਿਗਰੈਟ ਨਹੀਂ ਕਰੋਗੇ, ਹਨਾ। ਸੋ ਜਿਹੜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ, ਤੁਹਾਨੂੰ ਮੈਂ ਇਹੀ ਕਹੂੰਗਾ ਵੀ ਤੁਸੀਂ ਲਗਜ਼ਰੀ ਟੱਚ ਪਰਫਿਊਮ ਟਰਾਈ ਕਰੋ, ਪਹਿਲਾਂ ਰਿਵਿਊ ਦੇਖ ਲਓ, ਰਿਵਿਊ ਮੈਂ ਨਾਲ ਵੀ ਪਾਊਂਗਾ, ਠੀਕ ਹੈ ਭਾਈ, ਅਤੇ ਫਿਰ ਆਪਣਾ ਨੰਬਰ ਹੈ, ਕੰਟੈਕਟ ਕਰ ਲਓ,
ਤੇ ਆਪਣੇ ਹੋਰ ਵੀ 10 ਪਰਫਿਊਮ ਆ ਰਹੇ ਨੇ, ਇਤਰ ਵੀ ਆ ਰਿਹਾ ਹੈਗਾ, ਊਦ ਵੀ ਮੈਂ ਟਰਾਈ ਕਰੂੰਗਾ ਤੇ ਇੱਕ ਹੋਰ ਪ੍ਰੋਡਕਟ ਤੁਹਾਡੇ ਲਈ ਆ ਰਿਹਾ ਹੈਗਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ਵਾਸ ਕਰਿਆ, ਤੇ ਜਿਹੜੇ ਆਪਣੇ ਤੇ ਹੋਰ ਵਿਸ਼ਵਾਸ ਕਰਨਗੇ ਫੋਲੋ ਕਰ ਲਿਓ ਤਾਂ ਕਿ ਤੁਹਾਨੂੰ ਕੋਈ ਚੀਜ਼ ਮਿਸ ਨਾ ਹੋ ਜਾਏ ਨਾ। ਬਹੁਤ ਪ੍ਰੋਡਕਟ ਆਪਾਂ ਲੈ ਕੇ ਆਉਣੇ, ਘੈਂਟ ਘੈਂਟ ਚੀਜ਼ਾਂ ਆਉਂਦੀ ਵੀ ਨੇ ਤਾਂ ਕਿ ਆਪਣੀ ਫੈਮਿਲੀ ਨੂੰ ਆਪਾਂ ਪੈਸੇ ਬਚਾ ਸਕੀਏ, ਹੈ ਨਾ। ਚੀਜ਼ ਆਪਾਂ ਸਿਮਿਲਰ ਦੇਵਾਂਗੇ, ਕੋਈ ਚੀਜ਼ ਕੁਆਲਿਟੀ ਜਿਵੇਂ ਆਪਾਂ ਨਹੀਂ ਉਹ ਕਰਦੇ, ਵਧੀਆ ਚੀਜ਼ ਉਹ ਕਰਾਂਗੇ ਤੇ ਫਿਰ ਆਪਾਂ ਜਾਇਜ਼ ਜਾਇਜ਼ ਰੇਟ 'ਚ, ਹੈ ਨਾ, ਵੀ ਨਾ ਮੈਨੂੰ ਘਾਟਾ ਪਵੇ ਤੁਹਾਡੇ ਵੀ ਪੈਸੇ ਬਚਣ। ਉਹ ਤੋਂ ਬਾਅਦ 'ਚੋਂ ਗੱਲ ਆ ਜਾਂਦੀ ਹੈਗੀ ਵੀ ਆਪਾਂ ਸ਼ਿਪਿੰਗ ਟਾਈਮ ਥੋੜ੍ਹਾ ਜਿਹਾ ਲੱਗਦਾ ਹੁੰਦਾ ਕਿਉਂਕਿ ਪਰਫਿਊਮ ਹਮੇਸ਼ਾ ਗਰਾਊਂਡਡ ਸ਼ਿਪ ਹੁੰਦੇ ਆ, ਇਹ ਜਹਾਜ਼ ਨਾਲ ਨਹੀਂ ਜਾਂਦੇ ਹੁੰਦੇ ਅਤੇ ਕਈ ਕੰਪਨੀਆਂ ਨੂੰ ਨਹੀਂ ਅਸੈਪਟ ਕਰਦੀਆਂ, ਥੋੜ੍ਹੀ ਸ਼ਿਪਿੰਗ ਦਾ ਪ੍ਰੋਬਲਮ ਆਉਂਦੀ ਹੈ। ਪਰ ਹੌਲੀ ਹੌਲੀ ਆਪਾਂ ਉਹ ਵੀ ਜਦੋਂ ਕੁਆਂਟਿਟੀ ਵੱਧ ਗਈ ਨਾ ਆਪਣੀ ਤੇ ਆਪਾਂ ਉਹ ਵੀ ਆਪਾਂ ਨੂੰ ਕੰਪਨੀ ਡਿਸਕਾਊਂਟ ਦਿੰਦੀਆਂ ਨੇ, ਫਿਰ ਆਪਾਂ ਵੀ ਘਟਾ ਦਾਂਗੇ, ਕੋਈ ਨਹੀਂ, ਹੈ ਨਾ। ਆਪਾਂ ਤੁਹਾਡੇ ਪੈਸੇ ਬਚਾਉਣੇ ਆ ਅਤੇ ਆਪਾਂ ਵਧੀਆ ਕੰਮ ਕਰਨਾ, ਹੈ ਨਾ। ਜਿਵੇਂ ਜਿਵੇਂ ਕੁਆਂਟਿਟੀ ਵਧੂਗੀ ਉਹ ਚੀਜ਼ਾਂ ਵੀ ਸਮੂਥ ਹੋ ਜਾਣਗੀਆਂ, ਹੈ ਨਾ। ਹੌਲੀ ਹੌਲੀ ਨਵੇਂ ਸਟਾਰਟ ਕਰਿਆ। ਸੋ ਥੈਂਕ ਯੂ, ਤੁਸੀਂ ਫੋਲੋ ਕਰ ਲਓ ਅਤੇ ਸਪੋਰਟ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।